ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ। ਜੀ, ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ। ਇੱਕ ਬਈ ਗੱਭਣ ਸੂਣ ਦੇ ਬਿਲਕੁਲ ਨੇੜੇ ਆ, ਇੱਕ ਬਈ ਤਾਜ਼ੀ ਸੂਈ ਆ, ਬੱਚਾ ਮਗਰ ਬੱਚੀ ਆ, ਚਵਾਈ ਆ ਇਹਦੀ ਕਰਮ ਵਾਲੀ ਦੀ, ਕਰਕੇ ਦਿਖਾਵਾਂਗੇ ਬਈ। ਆਓ ਪੁੱਛ ਲੈਂਦੇ ਆ ਬਾਈ ਤੋਂ ਡਿਟੇਲ। ਪਿੰਡ ਬੁਰਜ ਰਾਜਗੜ੍ਹ, ਜ਼ਿਲ੍ਹਾ ਬਠਿੰਡਾ, ਤਹਿਸੀਲ ਫੂਲ, ਨੇੜੇ ਪਿੰਡ ਬਈ ਸਲਾਦਪੁਰਾ, ਜੰਗੀਆਣਾ, ਭਦੌੜ, ਇਹ ਪਿੰਡ ਨੇੜੇ ਰਹਿ ਜਾਂਦੇ ਆ। ਬਰਨਾਲੇ ਤੋਂ ਬਾਜੇ ਖਾਨੇ ਨੂੰ ਜਾਣਾ ਬਈ, ਉਹ ਰੋਡ ਦੇ ਬਿਲਕੁਲ ਉੱਪਰ ਜੀ ਪਿੰਡ ਆ ਬਈ, ਪਿੰਡ ਬੁਰਜ ਰਾਜਗੜ੍ਹ। ਅੱਜ ਬੱਚੀ ਬਾਈ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ? ਮੈਂ ਵਧੀਆ, ਜੀ ਪੂਰੀ ਲੀਲੀ ਸੱਤ ਵਾਲੀ ਦੀ ਮਿਹਰ ਆ ਬਾਬੇ ਨਾਨਕ ਦੀ ਵੀ। ਚਲੋ ਵਧੀਆ। ਹਾਂ, ਨਾਮ ਤੇ ਐਡਰੈਸ ਬੋਲ। ਨਾਮ ਮੇਰਾ ਟੈਣੀ ਆ ਜੀ, ਪਿੰਡ ਬੁਰਜ ਰਾਜਗੜ੍ਹ। ਮੋਬਾਈਲ ਨੰਬਰ ਬੋਲ। 8158-0241। ਠੀਕ ਆ ਬਾਈ, ਇਹ ਹਾਂ, ਬਾਈ ਦਾ ਕੰਟੈਕਟ ਨੰਬਰ ਆ, ਸਕਰੀਨ ਤੇ ਚੱਲ ਰਿਹਾ, ਨੋਟ ਕਰ ਲਓ। ਜਿਹੜੀ ਪਹਿਲਾਂ ਵੀਡੀਓ ਪਈ ਸੀ, ਕਿਵੇਂ ਰਿਹਾ ਰਸਤਾ? ਮੈਂ ਉਹ ਤਾਂ ਜੀ ਬਸ 5-7 ਮਿੰਟ ਹੀ ਲੱਗਿਆ, ਤੋਂ ਆਪਣਾ ਮਾਲ ਹੁੰਦਾ ਖਰਾ ਖਰਾ ਮਾਲ ਜਮਾ ਮੁੱਲ ਜਈ ਛਈ। ਅਗਲੇ ਨੂੰ ਆਨਲਾਈਨ ਹੁਣ ਚੋ ਕੇ ਦੇਵੇ, ਅਗਲੇ ਨੂੰ ਕਹਿੰਦੇ ਵੀਡੀਓ ਤੇ ਬਾਈ ਇੱਕ ਵਾਰੀ ਹੋਰ ਚੋਲਾ। ਪਰ ਆਪਣੀ ਕਿਸੇ ਨੇ ਅੱਜ ਤੱਕ ਐ ਨਹੀਂ ਕਿਹਾ ਵੀ ਨਹੀਂ ਚੋਣੀ ਬਾਈ, ਹੁਣ ਨਰਾਲਾ ਹੋ ਜਾਣਾ ਕੰਮ। ਸਹੀ, ਆਹ ਬੈਡ ਸੂਈ ਆ 3 ਦਿਨਾਂ ਦੀ, ਬੱਚੀ ਦੇ ਨਾਲ ਡਾਕਟਰ ਨਾਲਗਾ ਨਾਲ ਆ। ਠੀਕ ਆ, 3 ਦਿਨਾਂ ਦੀ ਬੈਡ ਤਿੰਨ ਸੂਈ ਵੀ ਦਿਨਾਂ ਆ, ਦੀ ਸੂਈ ਵੀ, ਬੱਚਾ ਮਗਰ ਬੱਚੀ ਨਾਲ ਬੱਚੀ ਨਾਲ ਆ। ਤੇ ਕਿਆ ਬੱਚੀ ਬਾਤ, ਦੇ ਨਾਲ ਮੇਰੇ ਲੱਕ ਜਿੱਡੀ ਆ 3 ਦਿਨਾਂ ਦੀ। ਮੈਂ ਕਹਿੰਦਾ ਕਿਆ ਹਾਂ, ਬਾਤ, ਕੁਆਲਿਟੀ ਬਹੁਤ ਆ ਇਹ ਬੱਚੀ ਚ ਹਨਾ। ਆ ਮਾਂ ਤਾਂ ਐ ਕਹਿੰਦੀ ਆ ਵੀ ਪੁੱਤ ਤੇਰੇ ਨਾਲੋਂ ਮੈਂ ਸਕੀਨ ਆ, ਬੱਚੀ ਕਹਿੰਦੀ ਆ ਮੈਂ ਸਕੀਨ ਆ। ਅੱਛਾ, ਹਾਂ, ਇੱਕ ਦੂਜੀ ਨਾਲ ਲੜਾਈ ਹੁੰਦੀ ਆ ਇਹਨਾਂ ਦੀ। ਸਹੀ ਗੱਲ ਆ, ਹਾਂ ਲਾ ਲਾ ਕਿਆ ਬਾਤ, ਲਾ ਫੀਸ ਬੜਾ ਚੰਗਾ ਬਾਹਰ ਕਰਾਈ, ਕੋਈ ਆਲਤੀ ਨਹੀਂ, ਆ ਮੇਰੇ ਲੱਕ ਜਿੱਦੀ ਆ ਲਾ ਲੱਕ ਜੱਡੀ ਆ। ਹਾਂ ਲਾ, 3 ਦਿਨਾਂ ਦੀ ਆ, 3 ਦਿਨਾਂ ਦੀ ਉਮਰ ਆ ਸਿਰਫ ਬਈ, ਤੇ ਕੁਆਲਿਟੀ ਨਾੜਗਾ ਨਾਲ ਦਿਖਾ ਦੇ ਅਗਲੇ ਨੂੰ, ਨਾੜੂਗਾ ਨਾਲ। ਹਾਂ ਲੈ ਕਰੋ ਚੈੱਕ ਭਰਾ, ਫੀਸ ਦੇਖ ਆਏ ਨਹੀਂ ਆਪਾਂ ਵੀ ਗੁਲਾਬੀ ਆ ਤੇ ਕਿੰਨਾ ਬੋਲਾ ਹੁਣ, ਜਾਨੀ ਕਿ ਜਾਂ ਦੁੱਧ ਰੈਡੀ ਆ ਬਸ ਡਾਕਟਰ, 20 ਦੇ ਵਿੱਚ ਵਿੱਚ ਆ ਬਸ। ਠੀਕ ਆ, 20 ਦੇ ਨੇੜੇ ਤੇੜੇ। ਹਾਂ ਬਸ ਨੇੜੇ ਤੇੜੇ, ਕੋ ਹਲੇ ਸੂਈ ਨੂੰ 3 ਦਿਨ ਹੋਇਆ, ਪਾਇਆ ਕੁਛ ਹੈ ਨਹੀਂ ਹਲੇ, ਪਾਇਆ ਕੁਛ ਹੈ, ਅੱਜ ਹੀ ਨਵਾਈ ਨੂੰ ਮੂੰਹ ਹੀ ਲਿਬੜੀ ਬਾਲੀ ਸੀ। ਸੂਆ ਕਿਹੜਾ ਭਰਾ ਹੈ? ਸੂਆ ਦੂਜਾ ਸੂਈ ਆ ਜੀ, ਦੂਜਾ ਸੂਈ। ਹਾਂ ਜੀ, ਖੋਲ ਦੋ ਮੜੀ, ਤੋੜ ਕੇ ਦਿਖਾ ਦਈਏ। ਫੁੱਲ ਕੱਦ ਦਾ, ਫੁੱਲ ਬਰੀਡ ਆ, ਪ੍ਰਿੰਟ ਬਹੁਤ ਚੰਗਾ, ਥਣ ਲੇਵਾ ਬੜਾ ਕਮਾਲ ਆ, ਸੂਈ ਸਵਾਈ ਆ, ਬੱਚਾ ਮਗਰ ਬੱਚੀ ਆ, ਬੱਚੀ ਵੀ ਫੁੱਲ ਕੁਆਲਿਟੀ ਦੀ ਆ, ਸਾਲ ਡੇਢ ਸਾਲ ਨੂੰ ਕਰਮ ਵਾਲੀ ਨੇ ਬੱਚੀ ਨੇ ਵੀ ਨਾ, ਮਾੜੀ ਤਾਂ ਗਾਂ ਹੀ ਨਹੀਂ ਲੈਣੀ ਯਾਰ। ਬਸ ਗੱਲ ਮੁੱਕ ਗਈ। ਸਹੀ ਗੱਲ ਆ ਬਾਈ, ਹੈ ਮਾੜੀ ਤਾਂ ਬਾਈ ਲਾਉਣੇ ਆ, ਗਾਂ ਲੈਣੀ ਦੇਖ ਫੇਸ ਛਾਂਟ ਬੈਠਦਾ ਛਾਂਟ ਕੇ ਲਿਆਉਂਦਾ ਲਾ ਲਾ, ਮੂੰਹ ਦੇਖੋ। ਹੈ ਸਹੀ ਗੱਲ, ਕਹਿਣ ਵਾਲੀ ਗੱਲ ਆ, ਪਿਆ ਗਰੇ ਜਨਾਰ ਕਾ ਮੂੰਹ ਬੱਚੀ ਦਾ ਦੇਵਾਂਗੇ ਵੀਡੀਓ ਦੇ ਵਿੱਚ, ਦੂਜਾ ਡੰਗ ਪਾਉਂਦੀ ਅਗਲਾ ਵੀਡੀਓ ਕਾਲ ਤੇ ਚੋਲੇ ਪਾਉਂਦੀ ਆ ਕੇ ਚੋਲੇ ਬਵਾਗ ਲਾ ਡਾਕਟਰ, ਦੋ ਡੰਗ ਚੋਈ ਜਾਵੇ ਯਾਰ, ਆਪਾਂ ਨੂੰ ਕੋਈ ਇਤਰਾਜ਼ ਨਹੀਂ। ਸਹੀ ਗੱਲ ਆ, ਪੜੀ ਵੀ ਫੁੱਲਾ, ਥੋੜਾ ਬਾਹਰ ਜਾਣ ਤੋਂ ਜਾਏ, ਗੱਡੀ ਖੱਡੀ ਖੜੀ ਆ ਲੈ ਡਾਕਟਰ, ਆਪਾਂ ਨੂੰ ਕੋਈ ਇਤਰਾਜ਼ ਨਹੀਂ, ਭਾਵੇਂ 2 ਦਿਨ ਚੋਲੇ ਅਗਲਾ, ਵੀਡੀਓ ਕਾਲ ਲਾ ਲਏ ਅਗਲਾ, ਊਂ ਲਾ ਲਏ। ਸਹੀ ਆ, ਹਾਂ ਕੁਆਲਿਟੀ ਫੁੱਲ ਆ, ਪ੍ਰਿੰਟ ਚੰਗਾ, ਬਰੀਡ ਬਈ ਕਰਮ ਵਾਲੀ ਦੇ ਫੁੱਲ ਆ, ਥਣ ਲੈ ਬੜਾ ਕਮਾਲ, ਤੋਰਾ ਦਾ ਡਾਕਟਰ ਯਾਰ ਹਨਾ, ਬੜਾ ਚੰਗਾ ਬੱਚੀ ਦਾ, ਇਧਰ ਤੋਰ ਚੰਗਾ ਲੈ, ਤੋਰਾ ਚ ਤੋਰਾ ਦਾ ਅਮਰੀਕਾ ਆ, ਭੈਣ ਜੋ ਘੋੜੀ ਵਰਗਾ ਲੈ ਲੈ ਲੈ। ਸਹੀ ਆ ਭਰਾ, ਹਾਂ ਸਹੀ ਆ ਸਹੀ ਆ, ਲੈ ਕਿਸੇ ਪਾਸੇ ਢੂਈ ਨਹੀਂ ਚੱਕਦੀ, ਕੁਛ ਨਹੀਂ ਕਰਦੀ, ਐਡੀ ਸਾਫ ਬੱਚੀ ਆ, ਪਲੀ ਵੀ ਬੈੜਾ, ਮੈਂ ਕਹਿੰਦਾ ਜੀ ਕੋਈ ਲੇਖਾ ਹੀ ਨਹੀਂ, ਬੱਚੇ ਦਾ ਕਰਦੀ ਆ ਮੜਾ ਜਾ, ਕਰਦੀ ਆ ਥੋੜਾ ਜਿਹਾ ਬੱਚੇ ਦਾ। ਕਿਆ ਬਾਤ, ਤੇ ਮੁੱਲ ਵੀ ਦੱਸਾਂਗੇ ਦੱਸਾਂਗੇ ਬਾਈ, ਚਬਾਈ ਚ ਜਮਾ ਸਹੀ ਆ ਜੀ, ਮੁੱਲ ਚਬਾਈ ਕਰਦੇ ਕਰਦੇ ਮੁੱਲ ਦੱਸ ਰਿਹਾ, ਕੋਈ ਚੱਕਰ ਨਹੀਂ, ਬਾਂਧੇ ਕਿਰਾਂ ਤੇ ਨਾੜਾਂ ਨੂੜਾਂ ਦਿਖਾ ਦਾਂ ਮੈਂ, ਮੈਂ ਕਿਹਾ ਜੀ ਕੋਈ ਕਿਸੇ ਪਾਸੇ ਪਹੁੰਚਿਆ ਹੀ ਨਹੀਂ ਕੰਮ, ਕਰਮ ਵਾਲੀ ਦੇ ਕਿਆ ਬਾਤ, ਕੱਲਾ ਕੱਲਾ ਥਣ ਮੁਸ਼ਕੇ ਵਾਲਾ ਥਣ, ਗੁਲਾਬੀ ਥਣ, ਕਿਸੇ ਪਾਸੇ ਡਾਕਟਰ ਖੁੰਝਿਆ ਹੀ ਨਹੀਂ ਕੰਮ। ਅੱਗੇ 2 ਨੰਬਰ ਤੇ ਕਿਹੜਾ ਸੂਆ ਸੁਣਦੀ ਹੈ ਇਹ ਬੱਚੀ? ਪਲੂਣ ਸੁਣਦੀ ਹੈ ਡਾਕਟਰ। ਕਿੰਨੇ ਦਿਨ ਲੈਂਦੀ ਹੈ ਇਹ? ਲੈ ਜੂ 5-4 ਦਿਨ, ਲੈ ਇਹਦਾ ਚਿਚੜੀਆਂ ਦੀ ਖਾਧੀ ਬਾਈ, ਦੀ ਚੰਗੀ ਬੱਚੀ ਆ, ਪਲੂਣ ਸੁਣਦੀ ਆ, 5-4 ਦਿਨ ਲੈਂਦੀ ਹੈ, ਲੈ ਖਾਧੀ ਦੇਖੋ, ਦੇਖ ਲੈ ਦੇਖੋ, ਲੈ ਕਮਾਲ ਲੇਵਾ, ਖਾਣ ਦੇਖ ਲੈ, ਜਿਵੇਂ ਮਰਦੀ ਹੱਥ ਫੇਰੀ ਚਿਚੜੀਆਂ ਦੀ ਖਾਧੀ ਬਾਈ, ਇਹਦਾ ਮੈਂ ਇਲਾਜ ਕਰਿਆ ਮੜਾ ਜਿਆ, ਲੈ ਅੱਛਾ, ਹਾਂ ਆ ਚਿਚੜੀਆਂ ਦੁੱਧ ਧਰ ਭਰੀ ਪਈ ਸੀ ਵਿਚਾਰੀ, ਲੈ
ਇੰਨੀ ਸੀਲ ਠੰਡੀ, ਪਹਿਲਾ ਹੀ ਸੂਆ ਬੱਸੀ ਛੂ ਗਈ, ਪਹਿਲਾ ਸੂਆ ਫੁੱਲ ਠੰਡੀ ਸੀਲ ਆ, ਕੱਦ ਬਰੀਡ ਫੁੱਲ ਆ ਗਰਮ ਵਾਲੀ ਕਣਕ ਮਾਲ ਦਾ ਮੁੱਠੀ ਵਾਲਾ ਥਾਣਾ ਕਿੱਲਾ ਕਿੱਲਾ ਥਾਣਾ ਕਿੰਨਾ ਦੁੱਧ ਦੇ ਦਿੰਦਾ ਡਾਕਟਰ, 20 ਦੇ ਨੇੜੇ ਜਾਊ ਬੱਚੇ ਦੇ ਜਾਤ ਜੂਤ ਦੇ ਹਿਸਾਬ ਨਾਲ ਤੇ ਲੇਵੇ ਦੇ ਹਿਸਾਬ ਨਾਲ ਕੁਆਲਿਟੀ ਬਹੁਤ ਆ। ਮੈਂ ਕਹਿੰਦਾ ਜੀ ਕੋਈ ਅੰਤੀ ਨਹੀਂ ਕਿਸੇ ਪਾਸਿਓਂ ਨਾ, ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦਾ, 8 ਦਿਨ ਰਹਿੰਦੀ ਆ ਮਾਰਕੀਟ ਦੇ ਹੱਥਾਂ ਨਾਲ, ਇਹਦਾ ਬੱਚੀ ਨੇ ਬੋਰੇ ਖੋਲ ਦੇਣੇ ਡਾਕਟਰ। ਸਹੀ ਗੱਲ ਆ, ਹਾਂ ਜਿਹੜੇ ਹਿਸਾਬ ਨਾਲ ਹੁਣੇ ਤੋਂ ਆਰਡਰ ਦੀ ਇੰਨੀ ਚੰਗੀ, ਨੇੜੇ ਜਾ ਕੇ ਦੇਖੀ ਰੰਗ ਦਿਖਾਉਂਦੀ। ਮੈਂ ਕਹਿੰਦਾ ਇੱਕ ਤੂੰ ਦੇਖੀ ਸਹੀ ਲਾ, ਸਹੀ ਆ ਲੈ ਤੋਰਾ ਇੱਕ ਨੰਬਰ ਆਰਡਰ ਕਮਾਲ ਦਾ ਥਾਣਾ ਬਹੁਤ ਚੰਗਾ, ਕੱਲੀ ਕੱਚੀ ਕੱਚੀ ਆ ਬਸ ਬੱਪਾ ਡਾਕਟਰ ਇੱਥੇ ਖੜੀ ਨੂੰ ਲੈ ਲੈ ਜਿਵੇਂ ਮਰਜੂ ਲੈ ਲੈ, ਐਡੀ ਸੀਲ ਆ ਇੰਨਾ ਥਾਣ ਮੋਟਾ ਕੱਢਣਾ ਬੱਸੀ ਨੇ ਕੋਈ ਆਂਤੀ ਨਹੀਂ ਲੈ ਕਿਆ ਬਾਤ ਲੈ, ਤੇ ਕੀ ਮੁੱਲ ਆ ਫਿਰ ਇਹਦਾ ਅੱਜ ਦੀ ਘੜੀ, ਬਸ ਲੈਣ ਦੇਣੀ ਕਰ ਦਈਏ ਜਮਾ ਹੀ ਲੈਣ ਦੇਣੀ ਦੱਸ ਦੋ। ਦੇਖੋ ਬਾਈ ਆਰਡਰ ਕਮਾਲ ਦਾ ਕੱਚੀ ਕੱਚੀ ਆ ਬਸ, 8 ਕਿ ਦਿਨਾਂ ਕੋਈ ਕੱਚੀ ਆ ਡਾਕਟਰ, ਬੰਦਾ ਨੇ ਦੱਸਿਆ ਵੀ 8 ਕਿ ਦਿਨ ਹੀ ਰਹਿੰਦੇ ਆ, ਤੇ ਕੀ ਮੁੱਲ ਕਰਿਆ ਜੀ ਫਿਰ ਲੈ ਦੇ ਨਹੀਂ ਕਰਦੇ 55,000 ਦੀ ਡਾਕਟਰ ਦੇ ਦਿਆਂਗੇ ਯਾਰ, ਕਿੰਨੇ ਦੀ 55,000 55 ਦੀ ਮਾਨਤਨ ਹੋ ਮਾਨਤਨ ਕਰ ਦੇ ਥੋੜਾ ਕਰੇ ਹੋ ਉਹਦੇ ਚ ਬਹੁਤ ਠੀਕ, ਹਾਂ ਲੈ ਠੰਡੀ ਸੀ ਬੱਚੀ ਚੰਗੀ ਆ ਵਾਲੀ ਆ ਨਾ 55,000 ਰੁਪਏ ਮੁੱਲ ਆ ਮਾਨਤਨ ਹੋ ਜੂ ਲੈ, ਢਿੱਲਾ ਦੇਖੋ ਬਹੁਤ ਪੰਜਾਬ ਲਾਈ ਕੱਢ ਕੇ ਨਾ ਫੇਰ ਕਰਦੇ ਸੋਣਾ ਪੰਡਰ ਗੱਲੇ ਵਾਲੇ ਕੇ ਸੁਣ ਕੇ ਜਮਾ ਜਮਾ ਰਿਕਾਰਡ ਭੰਦ ਨੇ ਬੱਸੀ ਚਵਾਈ ਆ ਜਿਹੜੀ ਕਰਕੇ ਇਹਦਾ ਲੈਵ ਕਰਾਂਗੇ ਜੀ, ਆ ਜਾਓ ਭਾਈ ਆ ਲੈ ਭਾਈ ਜਿਵੇਂ ਮਰਜ਼ੀ ਨੇ ਮਾਂ ਕਹਿੰਦਾ ਡਾਕਟਰ ਕੋਸ ਕਰੀ ਜਾ ਯਾਰ, ਕਹਿਣਾ ਕਰਮ ਵਾਲੀ ਨੇ ਕੁਛ ਨਹੀਂ, ਬੱਚਾ ਵੀ ਮਗਰ ਬੱਚੀ ਆ ਬੱਚੀ ਵੀ ਬਹੁਤ ਚੰਗੀ ਆ, ਸਿਰਾ ਸਿਰਾ ਜਮਾ ਡਾਕਟਰ ਸਹੀ ਗੱਲ, ਇੱਕ ਤਾਂ ਉਹ ਕਹਿੰਦੇ ਹੁੰਦੇ ਆ ਜਮਾ ਸਿਰਾ ਸਹੀ ਗੱਲ ਲੈ ਜਿਵੇਂ ਮਰਜ਼ੀ ਬੈਠਾ ਮਾਂ ਕਹਿੰਦਾ ਕੋਈ ਚਾਂਤੀ ਨਹੀਂ ਬੱਚਾ ਬਈ ਬਾਲਾ ਚੰਗਾ ਮਗਰ ਯਾਰ, ਮੈਂ ਕਹਿੰਦਾ ਜੀ ਕੋਈ ਲੇਖਾ ਹੀ ਨਹੀਂ, ਕੱਲੀ ਬੱਚੀ ਇਹੋ ਜੀ ਖਰੀਦਣੀ ਹੋਵੇ ਦੇ ਲੈ ਕੇ ਪਿਆ ਨੇ ਹਨਾ, ਹੁਣ 15,000 ਦੀਆਂ 15-15 ਦਿਖੀ ਜਾਂਗੇ ਜਿਹੜਾ ਬੱਸੀ ਆਰਾਮ ਨਾਲ ਹੀ, ਹਾਂ ਆਰਾਮ ਨਾਲ ਹੀ ਬਾਕੀ ਚੋਣ ਜਵਾਬ ਦਿਖਾਉਂਦੇ ਆ, ਇੱਕ ਨੰਬਰ ਆ ਠੰਡੀ ਤੁਹਾਡੇ ਸਾਹਮਣੇ ਆ ਬਈ, ਮੌਜ ਨਾਲ ਨਿਆਣਾ ਪਾ ਲਾ ਜਿਵੇਂ ਮਰਜ਼ੀ ਬਹਿ ਜਾ, ਇੱਥੇ ਹੋਰ ਆ ਜੀ ਹਿਲਣਾ ਤਾਂ ਕਰਮ ਵਾਲੀ ਨੇ ਹੈ ਹੀ ਨਹੀਂ ਡਾਕਟਰ, ਐਡਾ ਚੋਣ ਚਾਣ ਚੰਗਾ ਬੱਸੀ ਦਾ ਹਨਾ ਕੋਈ ਆਂਤੀ ਨਹੀਂ, ਉਹ 3 ਦਿਨ ਹੋਇਆ ਬੱਚੀ ਦਾ ਕੱਦ ਦੇ ਲੈ ਕਿੱਡਾ ਕਿੱਡਾ ਕੱਦ ਖੋਲਣੀ ਨਾ ਖੋਲਣੀ ਜਿੱਟੀ ਹੋਣਾ ਬੱਚੀ, ਸਹੀ ਗੱਲ ਹੈ ਲੱਕ ਤੱਕ ਆਉਂਦੀ ਆ ਹਾਂ ਜਮਾ, ਤੇ ਲੈ ਭਈ ਬਾਲਟੀ ਹੈਗੀ ਆ ਖਾਲੀ ਉਸ ਹਿਸਾਬ ਨਾਲ ਤੁਹਾਨੂੰ ਦਿਖਾਉਂਦੇ ਆ, ਤੇ ਥਣ ਜ਼ਰੂਰ ਨੇੜੇ ਦੇ ਚੱਕਰ ਪਾਵਾਂਗੇ, ਲੈ ਆਰਡਰ ਦੇਖੋ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਹੱਥੀ ਚੋਲਾ ਮਸ਼ੀਨ ਨਾਲ ਚੋਲਾ ਤਾਂ ਵੀ ਕੋਈ ਚੱਕਰ ਨਹੀਂ, ਤੇ ਚਵਾਈ ਚੈੱਕ ਕਰੋ ਲੈ ਮੋਟਾ ਮੋਟਾ ਚੋਣ ਆ ਲੈ ਕਿਆ ਬਾਤ ਆ ਡਾਕਟਰ ਕੋਈ ਆਂਤੀ ਨਹੀਂ ਬਾਲਾ ਚੰਗਾ ਚੋਣ ਆ ਹਨਾ, ਗੁਲਾਬੀ ਸਾਡਾ ਨਾਲ ਮੈਂ ਲੈਣਾ ਹੀ ਵਾਧਾ ਹਾਂ, ਬੜੀ ਚੰਗੀ ਜਵਾਈ ਆ ਬਾਈ ਲੈ ਕਿਆ ਬਾਤ ਚੋਣ ਲੱਗਿਆ ਬਾਈ, ਮੈਂ ਕਹਿੰਦਾ ਬਾਲਟੀ ਦੱਸਦੀ ਆ, ਮੈਂ ਕਹਿੰਦਾ ਜੀ ਬਾਲਟੀ ਮੋਰੀ ਹੋਣ ਪੈਂਦੀ ਆ, ਅੱਛਾ ਜੇ ਮੜਾ ਜਿਹਾ ਪੈਗ ਪੁਗ ਲੱਗ ਕੇ ਦੱਬਦੇ ਸਨ ਹਿੱਲਦੀ ਆ ਬਾਲਟੀ ਦਾ, ਹਾਂ ਸਹੀ ਗੱਲ ਆ ਬਾਈ ਚਵਾਈ ਆ ਜਿਹੜੀ ਫੁੱਲ ਚੰਗੀ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਨੀ, ਹਿਲਣਾ ਤਾਂ ਲੈ ਕਰਮ ਵਾਲੀ ਨੇ ਬਾਈ, ਹਾਂ ਡਾਕਟਰ 25 ਲੀਟਰ ਜਾਣਾ ਬੱਸੀ ਨੇ ਜਿਹੜੇ ਹਿਸਾਬ ਨਾਲ ਜਾਤੀ ਬੈਠਦੀ ਨਾ ਬਰੇਟ ਆ 25 ਲੀਟਰ ਦੇਖਦਾ ਸੂਈ ਨੂੰ ਦੇਖਦਾ ਤਾਂ ਪਾਏ ਕੁਛ ਨੀ, ਪਾਏ ਕੁਛ ਨੀ, ਬਾਹਲਾ ਚੰਗਾ ਚੋਣ ਲੈ ਮੋਟਾ ਮੋਟਾ ਚੋਣ ਲੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਹੀ ਨੀ, ਡਾਕਟਰ ਜਿਹੜਾ ਗੁਲਾਬੀ ਸਾਣ ਆ ਨਾ ਇਹਦਾ ਤਾਂ ਮੇਰਾ ਹਾਲਾ ਉਹੀ ਚੋਣ ਹੀ ਵੱਖਰਾ ਹੋ, ਬਾਕੀ ਐ ਜਿਵੇਂ ਦੋਨੇ ਪਾਸੇ ਬੈ ਗਏ ਨਾ 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 ਮੈਂ ਲੈਣੇ ਹੀ ਹੋਏ ਜੀ, ਸਹੀ ਗੱਲ ਆ ਕਈ ਹੁਣ ਬੁੜਵਾ ਘਰਾਂ ਚ ਦੋ ਦੋ ਚੋਣਗਾ ਬਾਈ ਹੈਂ ਆਪਣੇ ਪਸ਼ੂ ਤਾਂ ਹੀ ਵੱਧ ਵੇਖਦੇ ਆ, ਮੈਂ ਲੈਣਾ ਸਾਫ ਆ ਪਸ਼ੂ ਜਮ, ਸਹੀ ਗੱਲ ਲੈ ਮੌਜ ਨਾਲ ਖੜੀ ਆ ਕਰਮ ਵਾਲੀ ਨੇ, ਹਿਲਣਾ ਤਾਂ ਹੈ ਹੀ ਨਹੀਂ ਬੱਚਾ ਬੱਚੀ ਆ,
ਤੇ ਮੁੱਲ ਦੱਸ ਦੋ ਜੀ ਇਹਦਾ ਫਿਰ ਜਾਇਜ਼ਾ। 80,000 ਦੀ ਡੈਟ ਦੇ ਜਾਂਗੇ ਮਾਨ ਤਾਨ ਕਰ ਦੇ। ਚੱਕ ਬਾਈ 80,000 ਦੀ ਵਰਡ ਬਾਈ ਬਾ ਬੱਚੀ ਦੇ ਨਾਲ ਹੀ ਮੁੱਲ ਕਰਿਆ ਬੱਚੀ ਉਹ ਨਹੀਂ ਨਹੀਂ ਤਾਂ ਜਿਹੜੇ ਸਾਹਮਣੇ ਬੱਚੀ ਹੈ ਲੋਕ ਲੱਖ ਲੱਖ ਮੰਗੀ ਜਾਂਦੇ ਆ। ਸਹੀ ਗੱਲ ਅਗਲਾ ਕਹਿੰਦਾ ਬਾਈ ਬਰਾਬਰ ਦੀ ਬੱਚੀ ਹੋਈ ਪਈ ਆ। ਸਹੀ ਗੱਲ ਆ ਬਾਈ 80,000 ਤੋਂ ਕਰ ਦਾਂਗੇ ਮਾਨ ਤਾਨ। ਠੀਕ ਆ ਹਾਂ ਮੁੱਲ ਜਾਇਜ਼ 80,000 ਰੁਪਇਆ ਬਾਈ ਮਾਨ ਆਪਾਂ ਨੂੰ ਕੋਈ ਚੱਕਰ ਨਹੀਂ ਅਗਲਾ ਆਪਾਂ ਦੋ ਟਾਈਮ ਆਉਂਦੀ ਹੈ ਨਾ ਵੀਡੀਓ ਕਾਲ ਤੇ ਚਵਾ ਲੇ ਪਰ ਆਪਣੇ ਦੇ ਲੋਕਾਂ ਨੂੰ ਮਾਣ ਫੁੱਲ ਚੰਗੀ ਜਵਾਈ ਹੈ ਜਿਵੇਂ ਮਰਜ਼ੀ ਜੋਈ ਚੱਲ ਹਿੱਲਣਾ ਤਾਂ ਕਰਮ ਵਾਲੀ ਨਹੀਂ ਮੌਜ ਨਾਲ ਖੜੀ ਲੈ ਕਰਮ ਵਾਲੀ ਬਾਈ ਪੱਠੇ ਖਾਈ ਜਾਂਦੀ ਲੈ ਮਾੜੇ ਪਿੱਛੇ ਹੋ ਕੇ ਰਹਾਂਗੇ ਕਿਆ ਬਾਤ ਹਾਲੇ ਤਾਂ ਡਾਕਟਰ ਬੋਲੇ ਜੀ ਆ ਬੱਚੀ ਹਾਲੇ ਤਾਂ ਜਿੱਦੇ ਫੀਡ ਫੂਡ ਸੇਟ ਸੀ ਨਾ ਮਾੜਾ ਮੋਟਾ ਕਾੜਾ ਕੂੜਾ ਪਿਆਦਾ ਹਨਾ ਕੜ ਕੁੜ ਚੱਲ ਗਿਆ ਠੀਕ ਆ ਉਹਦੇ ਦੱਸੋ ਬੱਚੀ ਤੈਨੂੰ ਵੀ ਕੀ ਆ ਲੈ ਮੈਂ ਕਹਿੰਦਾ ਛੱਲਾ ਮਾਰਦਾ ਦੁੱਧ ਦਾ ਬਾਲਟੀ ਚ ਕਿ ਨਹੀਂ ਲੈ ਢੋਲੀ ਪਾਣੀ ਦਿਖਾ ਦੀ ਵਿੱਚ ਕਈ ਬੰਦੇ ਨੂੰ ਆਏ ਨਾ ਰਹੇ ਵੀ ਖਾਲੀ ਢੋਲੀ ਪਾਣੀ ਨੂੰ ਹੀ ਭਰੀ ਹੁੰਦੀ ਹੈ। ਸਹੀ ਆ ਲੈ ਬਾਈ ਕਿਆ ਬਾਤ ਆ ਹੜਕਾ ਦੱਸਦਾ ਜਵਾਈ ਮੈਂ ਕਹਿੰਦਾ ਜੀ ਆ ਗੁਲਾਬੀ ਸਾਲ ਦਾ ਜਦੋਂ ਮੈਂ ਕਿਤੇ ਬਰਾਂਡੇ ਚ ਪੜ ਗਿਆ ਨਾ ਦੇਖ ਲਿਆ ਫਿਰ ਭਾਵੇਂ ਮੇਰਾ 1,000 ਵੱਧ ਲੱਗ ਜੇ ਫੇਰ ਨਹੀਂ ਮੈਂ ਨਿਕਲ ਠੀਕ ਹਾਂ ਸਹੀ ਗੱਲ ਆ ਬਾਈ ਦੋ ਟਾਈਮ ਚੋਣ ਨਾ ਨਾ ਦੋ ਟਾਈਮ ਬਾਈ ਵੀ ਚੁਰਲੇ ਚੁਰਲੇ ਜੇ ਕਰੀ ਜਾ ਨਾ 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 ਉਹਦੇ ਨੂੰ ਅੱਧਾ ਦੁੱਧ ਉਂਜੜਾ ਜਾਂਦਾ ਜਮਾ ਜਮਾ ਨਹੀਂ ਲੈ ਬਾਈ ਜਿਵੇਂ ਮਰਜ਼ੀ ਜੋਈ ਚੱਲ ਕੋਈ ਚੱਕਰ ਨਹੀਂ ਬੜੀ ਚੰਗੀ ਦਵਾਈ ਹੈ ਮੈਂ ਕਹਿੰਦਾ ਜੀ ਡਾਕਟਰ ਲੇਖਾ ਹੀ ਨਹੀਂ ਕੋਈ ਕਿਸੇ ਥਾਂ ਤੇ ਧਾਰ ਨਹੀਂ ਟੁੱਟੂ ਇੱਕੋ ਜੀ ਧਾਰ ਹੋ ਚਾਰੇ ਸਣਾਂ ਦੀ ਸਹੀ ਗੱਲ ਹੈ ਲੈ ਇਧਰੋਂ ਵੀ ਦਿਖਾ ਦਿੰਦੇ ਆ ਮੋਹ ਇਹਨਾਂ ਗਰਮ ਵਾਲੀ ਪੱਠੇ ਖਾਈ ਜਾਂਦੀ ਕੋਈ ਚੱਕਰ ਨਹੀਂ ਬਾਈ ਤਾਂ ਠੰਡੀ ਸੀਲ ਗਾਂ ਲੈਣੀ ਆ ਜਮ ਆਪਾਂ 2 ਰੁਪਏ ਵੱਧ ਲੱਗ ਜਾ ਸਹੀ ਗੱਲ ਪਰ ਐਵੇਂ ਗਾਹਕ ਨਾ ਨਿੰਦੇ ਨਾ ਗਾਹਕ ਗਾਂ ਨੂੰ ਨਿੰਦੇ ਨਾ ਹਨਾ ਹੁਣ ਬੱਚੀ ਦਾ ਰੰਗ ਰੁੰਗ ਦੇਖ ਲਾ ਮੇਰਾ ਹੱਥ ਸ਼ੀਸ਼ੇ ਨੂੰ ਚੌਂਕਦਾ ਕੁਆਲਿਟੀ ਹੈ ਯਾਰ ਹਾਂ ਕੁਆਲਿਟੀ ਚਮਕੂ ਜਮਾ ਜਮਾ ਡਾਕਟਰ ਕੱਲ ਦੀ ਲਵਾਈ ਆ ਜਮਾ ਬੱਚੀ ਲਿਬੜੀ ਵੀ ਨਹੀਂ ਗੋਹੇ ਤਾਂ ਜਮੇ ਨੀ ਪੈਂਦੇ ਕਹਿੰਦੇ ਅਮਰੀਕਾ ਨੇ ਬੈਠੀ ਜਾਂਦੇ ਨਾ ਸਹੀ ਗੱਲ ਜਮਾ ਇਹੋ ਜਿਹਾ ਪਤਾ ਹੀ ਨਹੀਂ ਬੱਚੀ ਨੂੰ ਬਾਕੀ ਚਵਾਈ ਚੰਗੀ ਆ ਦੁੱਧ ਵੀ ਚੰਗਾ ਹਾਜ਼ਰ ਆ ਨਾ ਮਗਰ ਬੱਚੀ ਆ ਬੱਚੀ ਦਾ ਪੂਰੀ ਸਿਰਾ ਸਿਰਾ ਬਹੁਤ ਡਾਕਟਰ ਫੋਨ ਆਉਂਦੀ ਕਹਿਣਗੇ ਯਾਰ ਬੱਚੀ ਵਾਲੀ ਗਾਂ ਬਾਈ ਪਾਲਦੇ ਯਾਰ ਕਿਉਂ ਹੁਣ ਬੱਚੀਆਂ ਦੀ ਮਾਰਕੀਟ ਹੋ ਗਈ ਨਾ ਸਹੀ ਗੱਲ ਅਗਲਾ ਕਹਿੰਦਾ ਨਾਲ ਹੀ ਪਾਲ ਜੂ ਯਾਰ ਉਦੋਂ ਗਾਂ ਦੇ ਨਾਲ ਬੱਚੀ ਵਾਲੀ ਲੈ ਲੈਣੀ ਬਾਕੀ ਵੀਰੇ ਜਿਹੜੀ ਬੱਚੀ ਆਪ ਤਿਆਰ ਕਰਨੀ ਹੈ ਨਾ ਉਹਦੀ ਗੱਲ ਹੀ ਹਾਂ ਉਹਦਾ ਸਵਾਦ ਹੀ ਵੱਖਰਾ ਸਵਾਦ ਹੀ ਵੱਖਰਾ ਲੈ ਲੈ ਆਪਾਂ 20 ਲੀਟਰ ਦੇ ਵਿੱਚ ਆ ਕਈ 20 ਹੋ ਗਿਆ ਲੈ ਹੈ ਹਰੇ ਤੱਕ ਬੋਲੋ ਹੀ ਪਿਆਲਾ ਬੋਲੋ ਹੀ ਪਿਆਲਾ ਤਾਂ ਤਿੰਨ ਦਿਨ ਹੋਇਆ ਸੂਈ ਨੂੰ ਤੇ ਲੇਵਾ ਵੀ ਬਈ ਜਮਾ ਚਾ ਲਈ ਹਨਾ ਜਮਾ ਭੇਡ ਨੂੰ ਬਣਾ ਕੇ ਲਾ ਤੇ ਬੱਚੀ ਤੇ ਤੁਰਿਆ ਨਹੀਂ ਜਾਂਦਾ ਸਹੀ ਗੱਲ ਜੋ ਭੇਡ ਦੇ ਲੇਵੇ ਹੁੰਦੇ ਐ ਕੱਢ ਕੇ ਐ ਕੱਢ ਕੇ ਹਾਂ ਬੱਚਾ ਹੀ ਬੱਚੀ ਆ ਬਾਈ ਤੇ ਨਾਗ ਦੋਨੇ ਚੰਗੇ ਆ ਬਾਈ ਕੋਲੇ ਇਹਦੀ ਚਵਾਈ ਆ ਜਿਹੜੀ ਕਰਕੇ ਦਿਖਾਤੀ ਫੁੱਲ ਠੰਡੀ ਆ ਚਵਾਈ ਚੰਗੀ ਆ ਤੇ ਆ ਵੀ ਬੜ ਕੱਲੀ ਕੱਚੀ ਕੱਚੀ ਆ ਮੁੱਲ ਜਾਏ ਇਹ ਅੱਖ ਕਿਤੇ ਨਹੀਂ ਰਹਿੰਦੇ ਡਾਕਟਰ ਬਸ ਲੈ ਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ।